ਸਰਬਮਾਨਤਾ ਦੇ ਸਰਬ ਸਾਂਝੇ ਰਹਿਬਰ ਜੁਗੋ ਜੁਗੋ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਪਿਆਰਿਓ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਹੀ ਖੁਸ਼ਕਿਸਮਤ ਹਾਂ, ਅਸੀਂ ਤੁਸੀਂ ਸਾਰੇ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਸਪਤਮ ਜੋਤ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਦੇ ਪਾਵਨ ਗੁਰਗੱਦੀ ਦਿਵਸ ਦੇ ਸਮੇਂ ਉਹਨਾਂ ਦੇ ਹੀ ਜਨਮ ਅਸਥਾਨ ਗੁਰਦੁਆਰਾ ਸ਼ੀਸ਼ ਮਹਿਲ ਵਿਖੇ, ਉਹ ਪਾਵਨ ਅਸਥਾਨ ਜਿੱਥੇ ਸੱਤਵੇਂ ਅਤੇ ਅੱਠਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਹੋਏ, ਫਿਰ ਪਹਿਲੇ ਪਾਤਸ਼ਾਹ, ਛੇਵੇਂ ਪਾਤਸ਼ਾਹ, ਸੱਤਵੇਂ, ਅੱਠਵੇਂ, ਨੌਵੇਂ, ਦਸਵੇਂ ਪਾਤਸ਼ਾਹ ਉਹਨਾਂ ਦੇ ਮੁਬਾਰਕ ਚਰਨਾਂ ਨਾਲ ਇਹ ਧਰਤੀ ਪਵਿੱਤਰ ਹੋਈ ਹੈ। ਕੋਈ ਵੀ ਕੋਨਾ ਇਹ ਸ਼ੀਸ਼ ਮਹਿਲ, ਗੁਰੂ ਕੇ ਮਹਿਲ ਦਾ ਐਸਾ ਨਹੀਂ ਜਿੱਥੇ ਛੇ ਗੁਰੂ ਸਾਹਿਬਾਨ ਦੇ ਮੁਬਾਰਕ ਚਰਨ ਨਾ ਪਏ ਹੋਣ, ਜਿੱਥੇ ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ, ਅਨੇਕਾਂ ਹੀ ਸ਼ਹੀਦ ਅਤੇ ਗੁਰੂ ਪਰਿਵਾਰ ਦੇ ਮੈਂਬਰ ਇਸ ਧਰਤੀ ਦੇ ਕਿਸੇ ਸਮੇਂ ਵਿਚਰਦੇ ਰਹੇ। ਸਾਡੇ ਨਾਲ ਵੱਡਾ ਹੋਰ ਖੁਸ਼ਕਿਸਮਤ ਇਨਸਾਨ ਕੌਣ ਹੋ ਸਕਦਾ ਹੈ ਕਿ ਜਿਹਨੂੰ ਸਤਿਗੁਰੂ ਨੇ ਜਿਹਨਾਂ 'ਤੇ ਕਿਰਪਾ ਕਰਕੇ ਆਪਣੇ ਚਰਨਾਂ 'ਚ ਕਮਾ ਕੇ ਬਿਠਾ ਕੇ ਕੁਛ ਸਮੇਂ ਦੇ ਲਈ ਸ਼ਬਦ ਕੀਰਤਨ ਅਤੇ ਆਪਣੀ ਪਾਵਨ ਯਾਦ ਦੇ ਵਿੱਚ ਜੋੜ ਲਿਆ। ਕਿਉਂਕਿ ਸਿੱਖ ਧਰਮ ਦੇ ਵਿੱਚ ਨਾ ਦੇਹ ਗੁਰੂ ਹੈ ਅਤੇ ਨਾ ਦੇਹ ਚੇਲਾ ਹੈ, ਸ਼ਬਦ ਗੁਰੂ ਸੁਰਤ ਤੁਮ ਚੇਲਾ, ਸ਼ਬਦ ਗੁਰੂ ਹੈ ਅਤੇ ਸੁਰਤੀ ਦੀ ਸੁਰਤੀ ਵਿੱਚ ਟਿਕੀ ਹੋਈ ਸ਼ਬਦ ਦੀ ਧੁਨੀ ਉਹ ਚੇਲਾ ਹੈ। ਜਿਹਨਾਂ ਜਿਹਨਾਂ ਦੀਆਂ ਸੁਰਤੀਆਂ ਸ਼ਬਦ ਵਿੱਚ ਟਿਕੀਆਂ, ਦਰਅਸਲ ਉਹਨਾਂ ਦੀਆਂ ਹਾਜ਼ਰੀਆਂ ਲੱਗੀਆਂ ਅਤੇ ਉਹ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਪਾਤਰ ਹੋ ਗਏ। 1644 ਈਸਵੀ 3 ਮਾਰਚ 1644 ਈਸਵੀ ਨੂੰ ਇਸ ਪਾਵਨ ਸਥਾਨ ਗੁਰਦੁਆਰਾ ਕੋਟ ਸਾਹਿਬ ਵਿਖੇ ਸਾਹਿਬ ਸ਼੍ਰੀ ਗੁਰੂ ਹਰਿਰਾਜ ਸਾਹਿਬ ਗੁਰਗੱਦੀ 'ਤੇ ਬਿਰਾਜਮਾਨ ਹੋਏ ਨੇ। 17 ਸਾਲ ਉਹਨਾਂ ਨੇ ਗੁਰਗੱਦੀ ਦੀ ਸੇਵਾ ਨਿਭਾਈ ਅਤੇ 6 ਅਕਤੂਬਰ ਸਨ 1661 ਈਸਵੀ ਨੂੰ ਕੇਵਲ 31 ਸਾਲ ਦੀ ਉਮਰ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਸੱਚਖੰਡ ਧਿਆਨਾ ਕਰ ਗਏ। ਇਹਨਾਂ 16 ਸਾਲਾਂ ਦੇ ਵਿੱਚ, 17 ਸਾਲਾਂ ਦੇ ਵਿੱਚ ਜੋ ਸੇਧ, ਜੋ ਦਵਾਈ ਸਿੱਖ ਪੰਥ ਨੂੰ ਸਾਹਿਬ ਸ਼੍ਰੀ ਗੁਰੂ ਹਰਿਰਾਜ ਸਾਹਿਬ ਸੱਚੇ ਪਿਤਾ ਨੇ ਦਿੱਤੀ, ਉਹ ਆਪਣੀ ਮਿਸਾਲ ਆਪ ਹੈ। ਅੱਜ ਪੰਥਕ ਤੌਰ 'ਤੇ ਸਮੁੱਚੇ ਖਾਲਸਾ ਪੰਥ ਨੇ ਇਸ ਪਾਵਨ ਦਿਹਾੜੇ ਨੂੰ ਵਾਤਾਵਰਨ ਦੀ ਸ਼ੁੱਧਤਾ ਦੇ ਲਈ ਵਰਤਿਆ। ਦਰਅਸਲ ਇਹ ਸੇਧ ਸਭ ਤੋਂ ਪਹਿਲਾਂ ਸਾਹਿਬ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਨੇ ਇਸੇ ਧਰਤੀ 'ਤੇ ਦਿੱਤੀ। ਜਦੋਂ ਪ੍ਰਿੰਸੀਪਲ ਸੁਖਵੀਰ ਸਿੰਘ ਜੀ ਕਹਿੰਦੇ ਨੇ ਕਿ ਇਸੇ ਪਾਵਨ ਧਰਤੀ 'ਤੇ 52 ਬਾਗ ਗੁਰੂ ਹਰਿਰਾਜ ਸਾਹਿਬ ਨੇ ਆਪ ਕਰਵਾਏ ਸੀ, ਅੱਜ ਉਹ 9 ਲੱਖਾਂ ਬਾਗ ਸਤਿਗੁਰੂ ਦੀ ਬਖਸ਼ਿਸ਼ ਹੋਈ ਕਿ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਭਾਈ ਮਨਜੀਤ ਸਿੰਘ ਜੀ ਵਰਗਿਆਂ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਸੇਵਾ ਲੈਣੀ ਪ੍ਰਾਰੰਭ ਕਰ ਦਿੱਤੀ। ਔਰ 9 ਲੱਖਾਂ ਬਾਗ ਜਿਹੜਾ ਦੁਬਾਰਾ ਫਿਰ ਸਾਨੂੰ ਗੁਰੂ ਹਰਿਰਾਜ ਸਾਹਿਬ ਜੀ ਦੇ ਸਮੇਂ ਵਾਂਗ ਇੱਥੇ ਪੂਰੀ ਤਰ੍ਹਾਂ ਜਾਹੋ ਜਲਾਲ ਦੇ ਵਿੱਚ ਕਿਸੇ ਵੇਲੇ ਦਿਖੇਗਾ, ਸਤਿਗੁਰੂ ਕਿਰਪਾ ਕਰਨ। ਟਾਈਮ ਇਜਾਜ਼ਤ ਨਹੀਂ ਦਿੰਦਾ, ਪੰਕਤੀਆਂ ਬਹੁਤ ਸਤਿਕਾਰ।